ਸਾਨੂੰ ਸਾਡੇ ਹੀ ਦੇਸ਼ ਨੇ ਕਾਲਾ ਪਾਣੀ ਕਰਕੇ ਸਾਨੂੰ ਕੱਢ ਦਿੱਤਾ ਕਾਲੀ ਸੂਚੀ 312 ਵਾਲੀ ਲਿਸਟ ਹੈਗੀ ਆ ਇਹ ਗਲਤ ਹੈ ਮੇਰਾ ਮੰਨਣਾ ਵਾ ਕਿ ਇਹ ਹਜ਼ਾਰਾਂ ਦੀ ਸੂਚੀ ਹੈ ਕਿਵੇਂ ਪ੍ਰੈਸ਼ਰ ਬਣਾਓਗੇ ਤੁਸੀਂ ਸਿੱਖਾਂ ਦੀ ਨੁਮਾਇੰਦਗੀ ਕਰੋਗੇ ਸਿੱਖਾਂ ਦੇ ਉੱਤੇ ਇੱਕ ਪੱਟਾ ਖੇਡਿਆ ਗਿਆ ਵਾ ਆ ਲਓ ਤੁਹਾਨੂੰ ਅਸੀਂ ਐ ਕਰਤਾ 13 ਸਤੰਬਰ ਨੂੰ ਕੇਂਦਰ ਸਰਕਾਰ ਨੇ ਕਾਲੀ ਸੂਚੀ ਦੇ ਵਿੱਚੋਂ 312 ਨਾਮ ਰੱਦ ਕਰਨ ਦਾ ਐਲਾਨ ਕੀਤਾ ਹੈ ਹੁਣ ਵੱਡਾ ਐਲਾਨ ਕੀਤਾ ਗਿਆ ਕਿ ਸਿਰਫ ਦੋ ਨਾਮ ਹੀ ਕਾਲੀ ਸੂਚੀ ਦੇ ਵਿੱਚ ਰਹਿ ਗਏ ਨੇ ਉਹ ਦੋ ਨਾਮ ਕਿਹੜੇ ਨੇ ਇਹ ਵੀ ਨਹੀਂ ਜਨਤਕ ਕੀਤਾ ਗਿਆ 312 ਰੱਦ ਕੀਤੇ ਗਏ ਕਿਹੜੇ ਨੇ ਇਹ ਵੀ ਨਹੀਂ ਜਨਤਕ ਕੀਤਾ ਗਿਆ ਸਾਡੇ ਨਾਲ ਪੰਜਾਬ ਦੇ ਇੱਕ ਉਗੇ ਲੀਡਰ ਸੁਖਪਾਲ ਸਿੰਘ ਖੈਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਖੈਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਾਲਸ ਟੀਵੀ ਤੇ ਸਭ ਨੂੰ ਫਤਿਹ ਜੀ ਸੋ ਬਹੁਤ ਵੱਡੀ ਖਬਰ ਹੈ ਜੇ ਦੇਖੀਏ ਕਿ 312 ਨਾਮ ਕੱਟੇ ਸਿਰਫ ਦੋ ਨਾਮ ਰਹਿ ਰਹੇ ਕਈਆਂ ਨਾਲ ਮੇਰੀ ਵੀ ਗੱਲ ਹੋਈ ਹੈ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਪਰ ਕੋਈ ਨਹੀਂ ਮਿਲਿਆ ਜਿਨ੍ਹਾਂ ਦਾ ਨਾਮ ਕੱਢਿਆ ਗਿਆ ਤੁਹਾਡਾ ਕਿਸ ਨੇ ਰਾਪਤਾ ਹੋਇਆ ਨਹੀਂ ਬਿਲਕੁਲ ਨਹੀਂ ਬਿਕੋਜ਼ ਮੈਂ ਜਦੋਂ 2016 ਚ ਮੈਂ ਕਾਫੀ ਵਾਈਡਸਪਰੈਡ ਟੂਰ ਕੀਤਾ ਸੀ ਯੂ ایس اے ਦਾ ਤੇ ਕੈਨੇਡਾ ਦਾ ਮਤਲਬ ਮੈਂ ਮੇਰੀਆਂ ਕੁਝ ਮੀਟਿੰਗਾਂ ਵਿੱਚ ਤਾਂ ਹਜ਼ਾਰ ਤੋਂਤੇ ਵੀ ਲੋਕ ਸੀਗੇ ਲੇਕਿਨ ਸੈਂਕੜੇ ਲੋਕ ਕਾਫੀ ਮਤਲਬ ਮੈਨੂੰ ਮਿਲੇ ਉਹਨਾਂ ਮੀਟਿੰਗਾਂ ਔਰ ਮੈਨੂੰ ਸਭ ਤੋਂ ਵੱਡੀ ਕੰਪਲੇਨ ਜਿਹੜੀ ਐਨ ਆਰ ਆਈਜ਼ ਪੰਜਾਬੀਆਂ ਦੀ ਤੇ ਸਿੱਖਾਂ ਦੀ ਖਾਸ ਤੌਰ ਤੇ ਕਿ ਸਾਨੂੰ ਸਾਡੀਆਂ-ਸਾਡੀਆਂ ਇੰਡੀਅਨ ਕੌਂਸੂਲੇਟਸ ਨੇ ਇਹ ਬਹੁਤ ਹਰਾਸ ਕਰਦੀਆਂ ਨੇ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਤੇ ਸਾਨੂੰ ਸਾਡੇ ਹੀ ਦੇਸ਼ ਨੇ ਕਾਲਾ ਪਾਣੀ ਕਰਕੇ ਸਾਨੂੰ ਕੱਢ ਦਿੱਤਾ ਕਾਲੀ ਸੂਚੀ ਮਨ ਲਿ ਦਸ ਇਜ਼ ਸੱਚ ਅ ਡ੍ਰੈਕੋਨियन ਵਰਡ ਕਿ ਕਿਸੇ ਕੌਮ ਨੂੰ ਤੁਸੀਂ ਯੂ ਕੈਨ ਨਾਟ ਪੇਂਟ ਦੀ ਇੰਟਾਇਰ ਕਮਿਊਨਿਟੀ ਐਜ਼ ਬਲੈਕ ਸੋ ਇੱਕ ਉਧਰੋਂ ਬਹੁਤ ਕੰਪਲੇਨਟ ਸੀ ਔਰ ਮੈਨੂੰ ਜਿਵੇਂ ਗਲਤ ਨਾ ਹੋਵਾਂ ਇਹ ਜਿਹੜੀ 312 ਵਾਲੀ ਲਿਸਟ ਹੈਗੀ ਆ ਇਹ ਗਲਤ ਹੈ ਮੇਰਾ ਮੰਨਣਾ ਵਾ ਕਿ ਇਹ ਹਜ਼ਾਰਾਂ ਦੀ ਸੂਚੀ ਹੈ ਔਰ ਇਹ ਅਨਨਾਨਸਡ ਹੈ ਇਹ ਅਨਰਿਟਨ ਜਿੱਦਾਂ ਮਤਲਬ ਜਿੱਦਾਂ ਅੱਜ ਕਸ਼ਮੀਰ ਦੇ ਵਿੱਚ ਸਾਰੇ ਹਕੂਕ ਬੰਦ ਕਰ ਦਿੱਤੇ ਉਹਨਾਂ ਕਸ਼ਮੀਰਾਂ ਦੇ ਲਾਕਡਾਊਨ ਕਰਤਾ ਜ਼ੁਬਾਨੀ ਕਲਾਮੀ ਸਭ ਕੁਝ ਇਹ ਸਾਰਾ ਕੁਝ ਉਦਾਂ ਹੋ ਰਿਹਾ ਵਾ ਇਹ ਜਿਹੜਾ ਉਹਨਾਂ ਨੇ 312 ਅਗਰ ਨਾਂ ਕੱਟੇ ਨੇ ਅਗਰ ਦੱਸ ਸਕਣ ਕਿ ਕੌਣ ਆ ਤੇ ਦੋ ਜਿਹੜੇ ਰਹਿ ਗਏ ਨੇ ਉਹ ਕੌਣ ਆ ਤਾਂ ਮੈਂ ਸਮਝਦਾ ਚਲੋ 312 ਦੀ ਰੀਲੀਫ ਦਾ ਅਸੀਂ ਸਵਾਗਤ ਕਰਾਂਗੇ ਯਾਨੀ ਕਿ ਅਸੀਂ ਕਿਸੇ ਗੱਲ ਦਾ ਵਿਰੋਧ ਕਰਦੇ ਆਂ ਪਰ ਜਿਹੜੇ ਹਜ਼ਾਰਾਂ ਲੋਕ ਜਿਹੜੇ ਉੱਥੇ ਮਿਲਦੇ ਨੇ ਉਹ ਜਦੋਂ ਕੰਪਲੇਨਟ ਕਰਦੇ ਕਿ ਸਾਨੂੰ ਕਈ ਵਾਰ ਅਸੀਂ ਜਾਣਦੇ ਆ ਇੰਡੀਆ ਤੇ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਤੋਂ ਸਾਨੂੰ ਉਥੋਂ ਡਿਪੋਰਟ ਕੀਤਾ ਜਾਂਦਾ ਇਹਦੀ ਟਰਾਂਸਪੇਰੈਂਸੀ ਇਹਦੀ ਕੋਈ ਲਿਸਟ ਆਨਲਾਈਨ ਲੱਗੇ ਬਲਕਿ ਇਸ ਤਰ੍ਹਾਂ ਲੱਗੇ ਕਿ ਵਿਅਕਤੀ ਦਾ ਨਾਮ ਔਰ ਉਹਦਾ ਅਗਰ ਕਾਲੀ ਸੂਚੀ ਚ ਕੱਢਿਆ ਗਿਆ ਤੇ ਤਾਂ ਵੀ ਉਹਦੇ ਕਾਰਨ ਕੀ ਸੀਗੇ ਤੇ ਜੇ ਰੱਖਿਆ ਗਿਆ ਵਾ ਤੇ ਉਹਦੇ ਕਾਰਨ ਕੀ ਹੈਗੇ ਜਦੋਂ ਕਿਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਾਂ ਸਿੱਖ ਕਤਲੇਆਮ ਹੋਇਆ ਜਾਂ ਕੋਈ ਸਾਡੇ ਪਾਣੀਆਂ ਤੇ ਹਮਲਾ ਹੋਇਆ ਜਦੋਂ ਪਾਰ ਬੈਠੇ ਸਿੱਖ ਐਮਬੈਸੀਆਂ ਦੇ ਇੰਡੀਅਨ ਐਮਬੈਸੀ ਦੇ ਮੋਹਰੇ ਜਾ ਕੇ ਇਦਾਂ ਪ੍ਰਚਾਰ ਆਪੋਜ਼ ਕਰਦੇ ਨੇ ਪੀਸਫੁਲ ਡਿਮੋਨਸਟ੍ਰੇਟ ਕਰਦੇ ਨੇ ਉੱਥੇ ਬੈਠੀਆਂ ਏਜੰਸੀਆਂ ਉਹ ਸਾਰਿਆਂ ਦੇ ਨਾਮ ਜਿਹੜੇ ਨੇ ਉਹ ਇੱਥੇ ਪਾਸ ਆਨ ਕਰ ਦਿੰਦੀਆਂ ਕਿ ਇਹ ਬੰਦੇ ਜਿਹੜੇ ਨੇ ਇਹ ਐਂਟੀ ਇੰਡੀਆ ਨੇ ਜੀ ਬਿਲਕੁਲ ਖੈਰਾ ਸਾਹਿਬ ਸੋ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਇਹ ਜੇ ਪ੍ਰੋਟੈਸਟ ਕਰਦੇ ਨੇ ਭਾਰਤ ਦੇ ਕੋਈ ਵੱਧ ਦੇ ਖਿਲਾਫ ਤੇ ਉਹਨਾਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਂਦਾ ਪਰ ਸਿੱਖਾਂ ਦਾ ਇਹ ਵੀ ਇਲਜ਼ਾਮ ਹੈ ਕਿ ਸਿਰਫ ਸਿੱਖਾਂ ਵਾਸਤੇ ਹੀ ਕਾਲੀ ਸੂਚੀ ਹੈ ਹੋਰ ਕਿਸੇ ਵਾਸਤੇ ਇਹ ਕਾਲੀ ਸੂਚੀ ਹੈ ਜਿਹੜੀ ਨਹੀਂ ਬਣਾਈ ਗਈ ਪਰ ਫਿਰ ਹੁਣ ਸਰਕਾਰ ਇਹ ਪਰ ਉਪਕਾਰ ਕਿਉਂ ਕਰਨਾ ਚਾਹੁੰਦੀ ਹੈ ਕਾਲੀ ਸੂਚੀ ਬੰਦ ਕਰੇ ਇੱਥੇ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਹੁੰਦਾ ਹੁਣ ਬੀਜੇਪੀ ਨੂੰ ਪਤਾ ਵਾ ਕਿ ਅਗਲੇ ਸਾਲ ਲਿਆ ਸ਼ੁਰੂ ਦੇ ਵਿੱਚ ਹੀ ਦਿੱਲੀ ਦੀ ਇਲੈਕਸ਼ਨ ਆ ਰਹੀ ਹੈ ਦਿੱਲੀ ਵਿੱਚ ਬਹੁਤ ਸਾਰੀ ਸਿੱਖ ਵਸੂ ਆ ਹਰਿਆਣੇ ਦੀ ਇਲੈਕਸ਼ਨ ਆ ਰਹੀ 1 ਸਤੰਬਰ ਚ ਆ ਹੁਣ ਅਗਲੇ ਮਹੀਨੇ ਅ ਮਹਾਰਾਸ਼ਟਰ ਦੀ ਆ ਰਹੀ ਮੁੰਬਈ ਦੇ ਵਿੱਚ ਬਹੁਤ ਸਾਰੇ ਸਿੱਖ ਟਰਾਂਸਪੋਰਟਰਸ ਵਸੇ ਤਾਂ ਇੱਕ ਸਿੱਖਾਂ ਦੇ ਉੱਤੇ ਇੱਕ ਪੱਤਾ ਖੇਡਿਆ ਗਿਆ ਵਾ ਕਾ ਲੋ ਤੁਹਾਨੂੰ ਅਸੀਂ ਐ ਕਰਤਾ ਪਰ ਇਹ ਮੇਰਾ ਮੰਨਣਾ ਗੇਨ ਨਗੇਨਾ ਅਮਰੀਟ ਸ਼ੀਟਿੰਗ 312 ਦਾ ਫ੍ਰਿਵਲਸ ਨੰਬਰ ਹੈ ਜੀ ਜੇ ਉਹਨਾਂ ਦੇ ਕੋਲ ਨੰਬਰ ਹੁੰਦਾ ਤੇ ਉਹਨਾਂ ਨੇ ਹੁਣ ਨੂੰ ਆਨਲਾਈਨ ਲਿਸਟ ਜਾਰੀ ਕਰ ਦੇਣੀ ਸੀਗੀ ਕਿ ਆ 312 ਕੱਢ ਦਿੱਤੇ ਆ ਦੋ ਬੰਦੇ ਰਹਿ ਗਏ ਨੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਇਸ਼ੂ ਹੈਗਾ ਬਹੁਤ ਵੱਡੀ ਸੂਚੀ ਆ ਇਹ ਇੰਨੀ ਕਿ ਨਹੀਂ ਕਿ ਇਹ ਗਲਤ ਪੋਠਰੇ ਕੀਤਾ ਜਾ ਰਿਹਾ ਔਰ ਇਹਦੀ ਟਾਈਮਿੰਗ ਇਸ ਤਰ੍ਹਾਂ ਦੀ ਹੈ ਕਿ ਔਰ ਤੁਸੀਂ ਦੇਖੋਗੇ ਕਿ ਪਹਿਲਾਂ ਉਹ ਅਰਜ਼ੀ ਵੀ ਆਪਣੇ ਬੰਦਿਆਂ ਤੋਂ ਦਵਾਉਂਦੇ ਨੇ ਹਾਲਾਂਕਿ ਮੈਂ ਬਲੈਕ ਬਲੈਕਲਿਸਟ ਦਾ ਇਸ਼ੂ ਜਦੋਂ ਮੈਂ ਐਮ.ਐਲ.ਏ ਪਹਿਲੀ ਵਾਰ ਬਣਿਆ 2007 ਚ ਮੈਂ ਇਹਦਾ ਬਹੁਤ ਉਠਾਇਆ ਅਵਿਜ਼ਨ ਕਾਂਗਰਸ ਔਰ ਮੇਰੀ ਕਨਸਟੈਂਸੀ ਦੇ ਇੱਕ ਹੈਗੇ ਨੇ ਦਲਜੀਤ ਸਿੰਘ ਪਿੰਡ ਬਾਗਵਾਨਪੋਰਾ ਨਿਊ ਜਰਸੀ ਰਹਿੰਦੇ ਨੇ ਉਹਨਾਂ ਨੇ ਮੈਨੂੰ ਕਿਹਾ ਜੀ ਮੈਨੂੰ ਮੈਨੂੰ ਪਤਾ ਹੀ ਨਹੀਂਗਾ ਮੈਨੂੰ ਕਾਲੀ ਸੂਚੀ ਚ ਕਿਉਂ ਕਰਤਾ ਵਾ ਮੈਂ ਉਹਨਾਂ ਦਾ ਕੇਸ ਟੇਕ ਅਪ ਕੀਤਾ ਉਸ ਵੇਲੇ ਮਿਸਟਰ ਗੌਰਵ ਯਾਦਵ ਸੀਗੇ ਡੀਆਈਜੀ ਇੰਟੈਲੀਜੈਂਸ ਕਾਉਂਟਰ ਇੰਟੈਲੀਜੈਂਸ ਖੈਰ ਹੀ ਪਲੇਡ ਅ ਵੈਰੀ ਗੁੱਡ ਰੋਲ ਮੈਂ ਇੱਕ ਬੰਦੇ ਨੂੰ ਉਸ ਕਾਲੀ ਸੂਚੀ ਚੋਂ ਕਢਾਇਆ ਉਹ ਬੰਦਾ ਇੱਥੇ ਆਇਆ ਉਹਦਾ ਉਹਦਾ ਕੋਈ ਕੋਈ ਕੇਸ ਨਹੀਂ ਸੀ ਕੋਈ ਐਫਆਈਆਰ ਨਹੀਂ ਕੁਝ ਨਹੀਂ ਸੀਗਾ ਸੋ ਉਸ ਵਕਤ ਮੈਂ ਬਹੁਤ ਫਾਇਰ ਲੇਕਿਨ ਕਿਸੇ ਨੇ ਉਸ ਮਸਲੇ ਦੇ ਉੱਤੇ ਧਿਆਨ ਨਹੀਂ ਦਿੱਤਾ ਹੁਣ ਉਹਨਾਂ ਨੇ ਹੁਣ ਸਰਸੇ ਤੋਂ ਹੀ ਅਰਜ਼ੀ ਲੈ ਲਈ ਤੇ ਸਰਸੇ ਨੂੰ ਹੀ ਉਹ ਇਨਫੋਰਮੇਸ਼ਨ ਦਿੱਤੀ ਤੇ ਸਰਸਾ ਸਾਹਿ ਪ੍ਰੈਸ ਕਾਨਫਰੰਸ ਕਰਦੇ ਕਿਤੇ ਨਾ ਕਿਤੇ ਇਹ ਪੋਲਿਟੀਕਲ ਲਾਹਾ ਲੈਣ ਦਾ ਕਦਮ ਲੱਗਦਾ ਜੀ ਬਿਲਕੁਲ ਸੋ ਜੇ ਆਪਾਂ ਗੱਲ ਕਰ ਲਈਏ ਇੱਕ ਜਿਸ ਤਰ੍ਹਾਂ ਤੁਸੀਂ ਕਹੇ ਕਿ ਕਾਲੀ ਸੂਚੀ ਬਹੁਤ ਲੰਬੀ ਹੈ ਪਰ ਅਸਲ ਦੇ ਵਿੱਚ ਕਾਲੀ ਸੂਚੀ ਇੱਕ ਨਹੀਂ ਇਹ ਦੋ ਤਿੰਨ ਹੈਗੀਆਂ ਨੇ ਕੌਂਸਲ ਖਾਨਿਆਂ ਦੇ ਵਿੱਚ ਵੱਖਰੀ ਲਿਸਟ ਬਣੀ ਹੋਈ ਹੈ ਹੋਮ ਮਿਨਿਸਟਰੀ ਕੋਲ ਵੱਖਰੀ ਲਿਸਟ ਬਣੀ ਹੋਈ ਹੈ ਔਰ ਜਿਹੜਾ ਹੈਗਾ ਲਾਕਡਾਟ ਦੇ ਵਿੱਚ ਵੀ ਕਾਲੀ ਸੂਚੀ ਦੇ ਵਿੱਚ ਪਾਇਆ ਜਾਂਦਾ ਹੈ ਲੋਕਾਂ ਨੂੰ ਸੋ ਜਿਹੜੇ ਪੰਜਾਬ ਦੇ ਲੀਡਰ ਨੇ ਜਾਂ ਸਿੱਖ ਲੀਡਰ ਨੇ ਤੁਸੀਂ ਰਿਪਰੈਜ਼ੈਂਟ ਕਰਦੇ ਹੈਗੇ ਉਹ ਪੰਜਾਬ ਦੇ ਲੀਡਰ ਹੋ ਤੁਸੀਂ ਹੁਣ ਇਹਦੇ ਵਿੱਚ ਕੀ ਕਰੋਗੇ ਕਿ ਇੰਡੀਅਨ ਗਵਰਨਮੈਂਟ ਹੈ ਜਿਹੜੀ ਟਰਾਂਸਪੇਰੈਂਸੀ ਦਿਖਾਵੇ ਇਹਦੇ ਵਿੱਚ ਨਾਮ ਜਨਤਕ ਕਰੇ ਕਿਵੇਂ ਪ੍ਰੈਸ਼ਰ ਬਣਾਓਗੇ ਤੁਸੀਂ ਸਿੱਖਾਂ ਦੀ ਨੁਮਾਇੰਦਗੀ ਕਰੋਗੇ ਨਹੀਂ ਅਸੀਂ ਤਾਂ ਪਹਿਲਾਂ ਵੀ ਮੈਂ ਬਹੁਤ ਉਠਾਉਂਦਾ ਰਿਹਾ ਵਾਂ ਅਸੀਂ ਇਸ ਨੂੰ ਫਿਰ ਵੀ ਕੈਨ ਟੇਕ ਇਟ ਅਪ ਕਿ ਸਾਡੇ ਕੋਲ ਇਸ ਵਕਤ ਆਪਸ਼ਨਸ ਕੀ ਆ ਜਿਹੜੀਆਂ ਦੋ ਮੇਨਸਟ੍ਰੀਮ ਪੋਲੀਟੀਕਲ ਪਾਰਟੀਆਂ ਇੱਕ ਸੱਤਾ ਦੇ ਵਿੱਚ ਹੈ ਇੱਕ ਬੀਜੇਪੀ ਦੀ ਭਾਈਵਾਲ ਅਕਾਲੀ ਉਹਨਾਂ ਦਾ ਕੋਈ ਫਰਜ਼ ਨਹੀਂਗਾ ਉਹ ਕਹਿੰਦੇ ਅਸੀਂ ਸਿੱਖਾਂ ਦੇ ਚੈਂਪੀਅਨਸ ਆ ਅਸੀਂ ਕੌਮੀ ਲੀਡਰ ਆ ਉਹ ਨਹੀਂ ਉਹਨਾਂ ਦਾ ਜਾ ਕੇ ਉਥੇ ਫਰਜ਼ ਬਣਦਾ ਸਾਰੀ ਗੱਲ ਨੂੰ ਕਲੈਰਿਟੀ ਕਰਨੇ ਹੈ ਕੈਪਟਨ ਅਮਰਿੰਦਰ ਸਿੰਘ ਹੁਣ ਦੋਨਾਂ ਦੀ ਕ੍ਰੈਡਿਟ ਵਾਰ ਵੀ ਲੱਗੀ ਕਿ ਮੈਂ ਕਰਾਤਾ ਉਹ ਕਹਿੰਦਾ ਮੈਂ ਕਰਾਤਾ ਪਹਿਲਾਂ ਜੇ ਆਪਾਂ ਦੇਖੀਏ ਤਾਂ ਕਾਂਗਰਸ ਨੇ ਤਾਂ ਸ਼ੁਰੂਆਤ ਕੀਤੀ ਕਾਲੀ ਸੂਚੀ ਦੀ ਬੀਜੇਪੀ ਦੀ ਗਵਰਨਮੈਂਟ ਵਾਜਪਾਈ ਸਾਹਿਬ ਦੀ ਰਹੀ ਪਿਛਲੇ 5 ਸਾਲ ਮੋਦੀ ਸਾਹਿਬ ਦੀ ਰਹੀ ਉਦੋਂ ਕਾਲੀ ਸੂਚੀ ਕਿਸੇ ਨੇ ਹਟਾਈ ਨਹੀਂ ਗਈ ਸੋ ਪ੍ਰਾਇਮਰਲੀ ਇਹ ਦੋ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੇ 8 8 9 9 ਸਰਕਾਰਾਂ ਬਣਾਈਆਂ ਇਹਨਾਂ ਨੂੰ ਵੀ ਇਹਦੇ ਤੇ ਨਿੱਗਰ ਸਟੈਂਡ ਲੈਣਾ ਚਾਹੀਦਾ ਵਾ ਅਸੀਂ ਤਾਂ ਜਦੋਂ ਕੋਈ ਸਾਡਾ ਵਿਧਾਨ ਸਭਾ ਦਾ ਸੈਸ਼ਨ ਆਉਂਦਾ ਐਮ ਐਲ ਏਸ ਤਾਂ ਉੱਥੇ ਉਠਾ ਸਕਦੇ ਨੇ ਔਰ ਵੀ ਕੈਨ ਰਾਈਟ ਅ ਲੈਟਰ ਟੂ ਦਾ ਪ੍ਰਾਈਮ ਮਿਨਿਸਟਰ ਔਰ ਟੂ ਦਾ ਹੋਮ ਮਿਨਿਸਟਰ ਦੈਟ ਇਜ਼ 올 ਵੀ ਕੈਨ ਡੂ ਬਾਕੀ ਕਰੋਗੇ ਤੁਸੀਂ ਲੈਟਰ ਲਿਖੋਗੇ ਜ਼ਰੂਰ ਕਰਾਂਗੇ ਜ਼ਰੂਰ ਕਿਉਂ ਨਾ ਪਹਿਲਾਂ ਵੀ ਕਰਦਾ ਰਿਹਾ ਮੈਂ ਔਰ ਹੁਣ ਵੀ ਕਰਾਂਗੇ ਅਸੀਂ ਔਰ ਇਸ ਨੂੰ ਹਰ ਫੋਰਮ ਦੇ ਉੱਤੇ ਉਠਾ ਰਹੇ ਆਂ ਐਸੀ ਗੱਲ ਨਹੀਂ ਕਿ ਨਹੀਂ ਉਠਾਰੇ ਹੁਣ ਤੁਸੀਂ ਅੱਜ ਪੜ੍ਹੋਗੇ ਅੱਜ ਸਾਰੀਆਂ ਹੈਡਲਾਈਨਸ ਆ ਕਿ ਅਮਿਤ ਸ਼ਾਨ ਪ੍ਰੋਪਗੇਟ ਕਰ ਰਿਹਾ ਕਿ ਵਨ ਨੇਸ਼ਨ ਵਨ ਲੈਂਗੁਏਜ ਹਿੰਦੀ ਇਕੋ ਹੀ ਲੈਂਗੁਏਜ ਜਿਹੜੀ ਆ ਸਾਰੇ ਦੇਸ਼ ਨੂੰ ਗਵਰਨ ਕਰ ਹਾਉ ਇਜ਼ ਇਟ ਪੋਸੀਬਲ ਆ ਜਿਹੜਾ ਸਾਡਾ ਦੇਸ਼ ਹੈਗਾ ਇੱਥੇ ਤਾਂ ਮੇਰੇ ਖਿਆਲ ਆ ਕਿ 100 150 ਮੀਲ ਤੇ ਜਾ ਕੇ ਭਾਸ਼ਾ ਪਹਿਰਾਵਾ ਕਲਚਰ ਸਭਿਆਚਾਰ ਸਾਰਾ ਕੁਝ ਬਦਲਦਾ ਧਰਮ ਬਦਲਦੇ ਨੇ ਤੁਸੀਂ ਸਾਰੀਆਂ ਕੌਮਾਂ ਨੂੰ ਇੱਕ ਭਾਸ਼ਾ ਵਿੱਚ ਕਿੱਦਾਂ ਬਨ ਸਕਦੇ ਹੋ ਇਹ ਅਨਦਰ ਜ ਜਨੂੰ ਕਹਿੰਦੇ ਆ ਕਿ ਇੱਕ ਹਿਡਨ ਅਜੈਂਡਾ ਜਿਹੜਾ ਬੀਜੇਪੀ ਦਾ ਅਰਸੇ ਦਾ ਸੀਗਾ ਉਹ ਇੱਕ ਵੱਡਾ ਹਮਲਾ ਔਰ ਇੱਕ ਵਾਰ ਨਹੀਂ ਕਿੰਨੀ ਵਾਰ ਆਏ ਕਿ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਹੀ ਤਰੋੜ ਮਰੋੜ ਦਿੱਤਾ ਵਾਈ ਬਿਕੋਜ਼ ਪੀਪਲ ਇਨ ਦਿੱਲੀ ਡੋਨਟ ਨੋ ਵਾਟ ਇਜ਼ ਦੀ ਹਿਸਟੋਰੀਕਲ ਬੈਕਗਰਾਉਂਡ ਆਫ ਦੀ ਪੰਜਾਬੀਜ਼ ਔਰ ਦਾ ਸਿਕਸ ਸਾਡਾ ਇਤਿਹਾਸ ਬਿਲਕੁਲ ਖਾਨਾ ਸਾਹਿਬ ਵੀ ਗੱਲ ਕੀਤੀ ਤੁਸੀਂ ਅਮਿਤ ਸ਼ਾਹ ਦੇ ਨਵੇਂ ਹਮਲੇ ਹੋ ਰਹੇ ਨੇ ਜੀ ਜੀ ਜੋ ਨਵੇਂ ਐਲਾਨ ਦੀ ਤੁਸੀਂ ਗੱਲ ਕੀਤੀ ਹੈ ਬਹੁਤ ਵੱਡਾ ਹਮਲਾ ਹੈਗੇ ਸਾਰੀਆਂ ਖੇਤਰੀ ਪਛਾਵਾਂ ਦੇ ਉੱਤੇ ਪਰ ਇਹ ਹੈ ਕਿ ਸਿਆਸਤਦਾਨ ਬਿਆਨਬਾਜ਼ੀ ਜ਼ਰੂਰ ਕਰਦੇ ਨੇ ਤੁਸੀਂ ਵੀ ਹੁਣ ਇਹਦੇ ਵਿਰੋਧ ਦੇ ਵਿੱਚ ਆਵਾਜ਼ ਜ਼ਰੂਰ ਚੁੱਕੀ ਆ ਪਰ ਕੋਈ ਐਜੀਟੇਸ਼ਨ ਨਹੀਂ ਹੁੰਦੀ ਪੰਜਾਬ ਹੁਣ ਪਾਣੀ ਦੇ ਨਾਲ ਡੋਬਦਾ ਸੀਗਾ ਫਿਰ ਵੀ ਕੋਈ ਐਜੀਟੇਸ਼ਨ ਨਹੀਂ ਹੋਈ ਤੀਸਰੀ ਧਿਰ ਦੇ ਵੱਲੋਂ ਕੀ ਕਰੋਗੇ ਹੁਣ ਇਹ ਪੰਜਾਬੀ ਦਾ ਮਸਲਾ ਗੱਲ ਇਹ ਹੈ ਕਿ ਇੰਨੀ ਤੇਜ਼ੀ ਦੇ ਨਾਲ ਇਸ਼ੂਜ਼ ਬਦਲ ਰਹੇ ਨੇ ਪੰਜਾਬ ਦੇ ਵਿੱਚ ਤੁਸੀਂ ਇੱਕ ਥੋੜੋ ਇਸ਼ੂ ਆ ਮਤਲਬ ਉਹਦੇ ਵਿੱਚ ਡਰੱਗਸ ਦਾ ਇਸ਼ੂ ਆ ਉਹਦੇ ਵਿੱਚ ਫਾਰਮਰ ਸੁਸਾਈਡ ਪੰਜ ਬੰਦਿਆਂ ਪੰਜ ਪੰਜਵੇਂ ਪਰਿਵਾਰ ਦੇ ਇੱਕ ਮੈਂਬਰ ਨੇ ਪੂਤਨਾ ਪਿੰਡ ਹੈ ਸ਼ਾਇਦ ਬਰਨਾਲੇ ਜ਼ਿਲ੍ਹੇ ਚ ਆਤਮ ਹੱਤਿਆ ਕੀਤੀ ਕਰਜ਼ੇ ਦੇ ਕਰਕੇ ਪੰਜਾਬ ਦੇ ਵਿੱਚ ਕਰਪਸ਼ਨ ਆ ਪੰਜਾਬ ਚ ਫਲੱਡਸ ਹੈਗੇ ਆ ਪੰਜਾਬ ਦਾ ਐਸਵਾਈਐਲ ਦਾ ਪਾਣੀ ਸਾਡੇ ਉੱਤੇ ਖਤਰਾ ਪੰਜਾਬ ਚ ਕੈਂਸਰ ਬਹੁਤ ਫੈਲ ਰਿਹਾ ਬੁੱਢੇ ਨਾਲੇ ਦਾ ਬੜਾ ਵੱਡਾ ਇਸ਼ੂ ਹੈਗਾ ਵਾ ਬੇਰੋਜ਼ਗਾਰੀ ਬਹੁਤ ਜ਼ਿਆਦਾ ਉਤੋਂ ਦੀ ਹੀ ਇਸ਼ੂਜ਼ ਆ ਜਾਂਦੇ ਸਾਡੇ ਕੋਲ ਇੰਨੇ ਸਾਧਨ ਨਹੀਂ ਹੁੰਦੇ ਦੈਟ ਵੀ ਕੈਨ ਯੂ ਨੋ ਯੂ ਨੋ ਕੀਪ ਔਨ ਐਜੀਟੇਟਿੰਗ ਇਸ ਲਈ ਇਸ ਲਈ ਬਹੁਤ ਵੱਡੇ ਪੱਧਰ ਤੇ ਉੱਤੇ ਪਿੰਡ ਪੱਧਰ ਤੇ ਉੱਤੇ ਤੁਹਾਡੇ ਕੋਲ ਮੈਨਪਾਵਰ ਚਾਹੀਦੀ ਆ ਅ ਅਸੀਂ ਜਿੰਨੇ ਜੋਗੇ ਸੀ ਅਸੀਂ ਬਰਗਾੜੀ ਦੇ ਉੱਤੇ ਬਹੁਤ ਇਸ਼ੂ ਸਟਰਗਲ ਕੀਤਾ ਹੁਣ ਜਿਹੜੇ ਬਰਗਾੜੀ ਦੇ ਮੋਰਚਾ ਲਾਉਣ ਵਾਲੇ ਸੀ ਜਿਹੋ ਵੀ ਭੱਜ ਗਏ ਬੇਈਮਾਨ ਹੋ ਗਏ ਉਹਦੇ ਸਾਡਾ ਕੋਸੂਰ ਕੋਈ ਨਹੀਂ ਸੀਗਾ ਪਰ ਖੈਰਾ ਸਾਹਿਬ ਕਿਤੇ ਨਾ ਕਿਤੇ ਵੀ ਇਹ ਵੀ ਕਮੀ ਹੈਗੀ ਹੈ ਕਿ ਜਿਹੜੀ ਤੀਜੀ ਤੇ ਰ ਹੈ ਉਹ ਖਿੰਡ ਪੁਣ ਗਈ ਬੈਂਸ ਬੈਂਸ ਭਰਾ ਨੇ ਕਿਤੇ ਤੁਹਾਡੀ ਉਹਨਾਂ ਨਾਲ ਇੰਨੀ ਬਣਦੀ ਸੀ ਨਿਸ਼ਾਨ ਸੀਗੀ ਜਾਂ ਫਿਰ ਡਾਕਟਰ ਗਾਂਧੀ ਸਾਰੇ ਅੱਡੋ ਫਾਟੀ ਕਿਉਂ ਹੋ ਗਏ ਇੱਕ ਲੋਕ ਧਿਰ ਦਾ ਇੱਕ ਮਜ਼ਾਕ ਉੱਡਿਆ ਇਹਦੇ 'ਚ ਦੇਖੋ ਗੱਲ ਇਹ ਹੈਗੀ ਆ ਕਿ ਇਲੈਕਸ਼ਨ ਤੋਂ ਬਾਅਦ ਜਿਹੜੇ ਰਿਜ਼ਲਟਸ ਆਏ ਸੀ ਨਾ ਉਹ ਇਹਨੇ ਇਨਕਰੇਜਿੰਗ ਨਹੀਂ ਸਕੇ ਥੋੜਾ ਲੈਟਸ ਪ੍ਰੈਕਟੀਕੈਲਿਟੀ ਦੇਖੀਏ ਉਹਦੇ ਨਾਲ ਸੈਟਬੈਕ ਹੋਇਆ ਪਰ ਉਹਦੇ باوجود ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਅਸੀਂ ਪਰਸੋਂ ਇੱਕ ਮੀਟਿੰਗ ਕੀਤੀ ਹੈ ਪਟਿਆਲੇ ਉਹਦੇ ਵਿੱਚ ਡਾਕਟਰ ਗਾਂਧੀ ਵੀ ਸੀਗੇ ਉਹਦੇ ਵਿੱਚ ਬਹੁਜਨ ਸਮਾਜ پارٹی ਦੇ ਪ੍ਰੈਜ਼ੀਡੈਂਟ ਜਸਬੀਰ ਸਿੰਘ ਗੜੀ ਸੀ ਜਿਹੜੇ ਸਾਡੇ ਪਾਰਟਨਰ ਸੀ ਸੀਪੀਆਈ ਆਰਐਮਪੀਆਈ ਔਰ ਮੈਂ ਖੁਦ ਅਸੀਂ ਸਾਰਿਆਂ ਨੇ ਉੱਥੇ ਉਹਦੇ ਵਿੱਚ ਬੈਂਸ ਬ੍ਰਦਰਜ਼ ਨਹੀਂ ਆਏ ਔਰ ਉਹਨਾਂ ਨੇ ਜਦੋਂ ਅਸੀਂ ਰਾਫਤਾ ਕੈਮ ਕੀਤਾ ਉਹ ਕਹਿੰਦੇ ਜੀ ਅੱਜ ਸਾਡਾ ਜਿਹੜਾ ਪ੍ਰੋਗਰਾਮ ਪਹਿਲਾਂ ਦਾ ਤੈਸ਼ੋਦਾਵਾ ਉਸ ਤੋਂ ਪਹਿਲਾਂ ਵੀ ਅਸੀਂ ਕਾਫੀ 4 ਮਹੀਨਿਆਂ ਤੋਂ ਯਤਨ ਕਰ ਰਹੇ ਹਾਂ ਕਿ ਆਓ ਆਪਾਂ ਸਾਰੇ ਬੈਠ ਕੇ ਇਕੱਠੇ ਹੋ ਜਾਈਏ ਘੱਟੋ ਘੱਟ ਜਿਹੜੀਆਂ ਪੰਜਾਬ ਦੀਆਂ ਚਾਰਕ ਧਿਰਾਂ ਨੇ ਛੁੱਟੀਆਂ-ਛੁੱਟੀਆਂ ਜਿਹਦੇ ਵਿੱਚ ਬੈਂਸ ਬ੍ਰਦਰਸ ਆ ਜਿਹਦੇ ਵਿੱਚ ਟਕਸਾਲੀ ਅਖਾਲੀ ਦੇ ਲੋਕ ਆ ਜਿਹਦੇ ਵਿੱਚ ਸਾਡੀ ਪਾਰਟੀ ਆ ਜਿਹਦੇ ਵਿੱਚ ਡਾਕਟਰ ਗਾਂਧੀ ਆ ਕਿ ਆਓ ਆਪਾਂ ਇੱਕ ਛੰਡੇ ਥੱਲੇ ਇਕੱਠੇ ਹੋ ਜਾਈਏ ਜਾਂ ਤਾਂ ਉਹਨਾਂ ਦੇ ਰੁਝੇਵੇਂ ਬਹੁਤ ਆ ਜਾਂ ਉਹਨਾਂ ਨੂੰ ਐ ਲੱਗਦਾ ਕਿ ਇਕੱਲੇ ਹੀ ਅਸੀਂ ਮੈਦਾਨ ਫਤਿਹ ਕਰ ਲਾਂਗੇ ਸਮ ਹਾਉ ਸ਼ਾਰਟਕਮਿੰਗ ਉਹਨਾਂ ਵੱਲੋਂ ਆ ਰਹੀ ਏ ਮੈਂ ਬਿਲਕੁਲ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਹੋਮੇ ਹੈ ਆਪ ਆਪ ਸੀਜਾ ਆਕੜ ਹੈ ਮੈਂ ਹੋਮੇ ਵਗੈਰਾ ਨਹੀਂ ਕਹਿੰਦਾ ਹੋ ਸਕਦਾ ਬਹੁਤ ਬਿਜ਼ੀ ਹੋਣ ਇੱਕ ਵਾਰੀ ਗੱਲ ਹੋਈ ਮੇਰੀ 4 ਮਹੀਨਾਵਾਂ ਚ ਬੜੀ ਮੁਸ਼ਕਲ ਦੇ ਨਾਲ ਮੈਂ ਟੈਲੀਫੋਨ ਕਾਫੀ ਵਾਰੀ ਮੈਸੇਜ ਛੱਡੇ ਤਾਂ ਉਹਨਾਂ ਨੇ ਕਿਹਾ ਜੀ ਕਿ ਆਪਾਂ ਜ਼ਰੂਰ ਡੈਫੀਨਿਟਲੀ ਮਿਲਾਂਗੇ ਪਰ ਉਹ ਮਿਲਣ ਦਾ ਸਮਾਂ ਵੀ ਹਲੇ ਵਿੱਚ ਹੀ ਆ ਸੋ ਮੇਰੀ ਜੈਨੂਅਨ ਕੋਸ਼ਿਸ਼ ਆ ਕਿ ਜਿਹੜੀਆਂ 4 ਪੋਲਿਟਿਕਲ ਪਾਰਟੀਆਂ ਪੰਜਾਬ ਨਾਲ ਤੁਲਕ ਰੱਖਣ ਵਾਲੀਆਂ ਘਟੂ ਘਟ ਆਪਾਂ ਤਾਂ ਇੱਕ ਥਾਂ ਇਕੱਠੇ ਹੋ ਜੀ ਜੇ ਆਪਾਂ ਹੀ ਨਹੀਂ ਇਕੱਠੇ ਹੋ ਰਹੇ ਤੇ ਫਿਰ ਲੋਕਾਂ ਨੂੰ ਅਸੀਂ ਕੰਫੀਡੈਂਸ ਪੈਦਾ ਕਿੱਦਾਂ ਕਰਾਂਗੇ ਔਰ ਅਸੀਂ ਇੱਕ ਵਾਰੀ ਨਹੀਂ ਮੈਂ ਕਈ ਵਾਰੀ ਕਹਿ ਚੁੱਕਿਆ ਕਿ ਸਾਡੀ ਕੋਈ ਹੋਮੇ ਨਹੀਂ ਗੀ ਕੋਈ ਔਦਾ ਲੈਣ ਦੀ ਕੋਈ ਦੌੜ ਨਹੀਂ ਕੁਛ ਨਹੀਂਗਾ ਆਓ ਆਪਾਂ ਸਾਰੇ ਬੈਠੋ ਹੋ ਸਕਦਾ ਉਹਨਾਂ ਦੇ ਬਹੁਤ ਵੱਡੇ ਰੁਝੇਵੇਂ ਨੇ ਮਤਲਬ ਪਾਣੀ ਦੇ ਲੈ ਕੇ ਬਹੁਤ ਭੱਜ ਦੌੜ ਕਰ ਰਹੇ ਨੇ ਇਨ ਦਾ ਡੇਸ ਟੂ ਕਮ ਸ਼ਾਇਦ ਸਾਡੇ ਨਾਲ ਬੈਠ ਜਾਣਗੇ ਪਰ ਅਸਲੀਅਤ ਇਹ ਹੈ ਇਸ ਵਕਤ ਥਰਡ ਫਰੰਟ ਦੀ ਹੁਣ ਅਸੀਂ ਇਕੱਲੇ ਤੇ ਇਕੱਲੇ ਕਿੱਥੇ ਕਿੱਥੇ ਜਾ ਕੇ ਐਜੀਟੇਟ ਕਰਾਂਗੇ ਜਦੋਂ ਵੋਟ ਪਾਉਣ ਦਾ ਸਮਾਂ ਆਉਂਦਾ ਉਦੋਂ ਲੋਕੀ ਵੋਟਰ ਜਿਹੜੇ ਨੇ ਉਹ ਬਾਦਲ ਤੇ ਕਾਂਗਰਸ ਨਰਾਜ਼ਗੀ ਨਹੀਂ ਗਈ ਮੈਨੂੰ ਦੁੱਖ ਤਾ ਅਫਸੋਸ ਹੈ बिकॉज ਜਿਹੜੇ ਅਸੀਂ ਪਾਰਲੀਮੈਂਟ 'ਚ ਬੰਦੇ ਖੜੇ ਕੀਤੇ ਅਸੀਂ ਕੋ ਮਾੜੇ ਨਹੀਂ ਸੀ ਬੀਬੀ ਪਰਮਜੀਤ ਕੌਰ ਖਾਲੜਾ ਵੈਰੀ ਵੈਲ ਮੀਨਿੰਗ ਇੱਕ ਇਸ਼ੂ ਬੇਸਡ ਲੜਾਈ ਲੜਨ ਵਾਲੀ ਹਿਊਮਨ ਰਾਈਟਸ ਦੀ ਕੈਂਡੀਡੇਟ ਸੀ ਸਾਡੀ ਬੈਂਸ ਬਰਦਰਸ ਅੱਜ ਤੋ ਲੜ ਰਹੇ ਨੇ ਡਾਕਟਰ ਗਾਂਧੀ ਜੀ ਤਾਂ ਐਡਾ ਹੀ ਇਮਾਨਦਾਰ ਬੰਦਾ ਸੀ ਮਤਲਬ ਲੋਕਾਂ ਨੇ ਕੁਝ ਦੇਖਿਆ ਹੀ ਨਹੀਂ ਵੋਟ ਪਾਉਣ ਲੱਗੇ ਟੁੱਟੇ ਭੱਜੇ ਉਹੀ ਜਿਹੜੇ ਕਿਸੇ ਪਿਟੇ ਕਰਪਟ ਲੀਡਰਸ ਸੀ ਉਹਨਾਂ ਨੂੰ ਜਦੋਂ ਵੋਟਾਂ ਪਾਉਂਦੇ ਆ ਤਾਂ ਫਿਰ ਤਾਂ ਡੈਮੋਕਰੇਸੀ ਤੇ ਚੱਲਦੀ ਲੋਕਾਂ ਦੇ ਸਹਿਯੋਗ ਨਾਲ ਹੁਣ ਤੁਸੀਂ ਕਹਿੰਦੇ ਜੀ ਤੁਸੀਂ ਛੇਤੀ ਨਾਲ ਐਜੀਟੇਸ਼ਨ ਵੀ ਕੈਨੋਟ ਬਿਕੋਜ਼ ਐਟ ਦਿਸ ਪੁਆਇੰਟ ਆਫ ਟਾਈਮ ਜਿਹੜਾ ਵੋਟਰ ਆ ਉਹਦਾ ਰੁਝਾਨ ਜਿਹੜਾ ਉਹ ਅਕਾਲੀ ਦਲ ਕਾਂਗਰਸ ਅਕਾਲੀ ਦਲ ਕਾਂਗਰਸ ਰਿਪੀਟਿਟਲੀ ਸ਼ੋ ਪਰ ਇਹਦੇ باوجود ਜਿੰਨੀ ਸਾਡੇ ਸਮਰੱਥਾ ਅਸੀਂ ਉਹਦੇ ਲਈ ਡੈਫੀਨਿਟਲੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਬਲੈਕਲਿਸਟ ਦਾ ਇਸ਼ੂ ਵੀ ਬੜਾ ਇੰਪੋਰਟੈਂਟ ਹੈ ਪਰ ਅੱਜ ਜਿਹੜਾ ਭਾਸ਼ਾ ਤੇ ਹਮਲਾ ਹੋਇਆ ਸਾਡੀ ਆਈਡੈਂਟੀਟੀ ਤੇ ਸਾਡੀ ਹੋਂਦ ਤੇ ਹੀ ਹਮਲਾ ਕਰਤਾ ਉਹਨਾਂ ਨੇ ਸੋ ਯੂ ਕੈਨ ਇਮੇਜਿਨ ਦ ਕਾਈਂਡ ਆਫ ਡਿਸਕ੍ਰਿਮੀਨੇ ਦੇ ਫਿਰ ਤਾਂ ਮੈਂ ਤਰਾਸੀ ਕਿ ਐਸਾ ਤਾਂ ਸਾਡੀ ਕੌਮੀ ਤਰਾਸਦੀ ਹੋ ਸਕਦੀ ਹੈ ਬਿਲਕੁਲ ਖੈਰਾ ਸਾਹਿਬ ਪੰਜਾਬੀ ਜਿਹੜੀ ਭਾਸ਼ਾ ਦਾ ਮਸਲਾ ਹੈ ਇਹ ਆਪਣੇ ਸਾਰੇ ਪੰਜਾਬੀਆਂ ਦਾ ਇਕੱਠਾ ਹੈ ਕਿਸੇ ਨੂੰ ਤੁਸੀਂ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਜਾਂ ਤੁਹਾਡੀਆਂ ਜਿਹੜੀ ਖਿੰਡੇ ਪੁੰਡੇ ਨਿੱਕੇ ਨਿੱਕੀਆਂ ਪਾਰਟੀਆਂ ਨੇ ਉਹਨਾਂ ਨੂੰ ਕੋਈ ਸੱਦਾ ਦੇਣਾ ਚਾਹੋਗੇ ਇੱਕ ਪਲੈਟਫਾਰਮ ਤੇ ਕਿਉਂਕਿ ਇਹੋ ਜਿਹੀਆਂ ਲੜਾਈਆਂ ਏਕਤਾ ਤੋਂ ਬਿਨਾ ਨਹੀਂ ਲੜੀਆਂ ਜਾ ਸਕਦੀ ਨਹੀਂ ਦੇਵਾਂਗੇ ਸਰ ਆ ਜਿਹੜਾ ਜਿਹੜਾ ਹੈਗਾ ਨਾ ਅਟੈਕ ਔਨ आवर ਆਈਡੈਂਟੀਟੀ ਔਨ आवर ਲੈਂਗੁਏਜ ਥਿਸ ਇਜ਼ ਟੋਟਲੀ ਅਨਐਕਸੈਪਟੇਬਲ ਦੇਖੋ ਕਨਸਟੀਟਿਊਸ਼ਨ ਨੇ 22 ਜ਼ੁਬਾਨਾਂ ਨੂੰ recognize ਕੀਤਾ ਤੇ ਤੁਸੀਂ ਹੁਣ ਕਿੰਨੇ ਕਿੰਨੇ ਜੀ ਅਸੀਂ ਬਾਈ ਨੂੰ ਪਰੇ ਕਰ ਦੇਣ ਲੱਗੇ ਅਸੀਂ ਇੱਕ ਹੀ ਭਾਸ਼ਾ ਦੇ ਨਾਲ ਚਲਾਵਾਂਗੇ ਇਹ ਕਦੀ ਵੀ ਐਕਸੈਪਟੇਬਲ ਨਹੀਂਗਾ ਇਹਦੇ ਤੇ ਮੈਂ ਅੱਜ ਸਵੇਰੇ ਉੱਠ ਕੇ ਜਦੋਂ ਬਿਕੋਜ਼ ਸਾਰਾ ਕੁਝ ਇੱਕਦਮ ਵੀ ਕੈਨੋਟ ਯੂ نو ਗੈਦਰ ਅਰਾਊਂਡ ਪਰ ਜਦੋਂ ਮੈਂ ਅੱਜ ਸਾਰੇ ਪੇਪਰਸ ਦੀ ਮੇਜਰ ਹੈਡਲਾਈਨਸ ਪੜੀਆਂ ਤਾਂ ਬੜਾ ਦੁੱਖ ਚਾ ਹੋਇਆ ਕਿ ਹੁਣ ਕਿਹੜੇ ਪਾਸੇ ਨੂੰ ਸਾਡਾ ਦੇਸ਼ ਜਾ ਰਿਹਾ ਵਾ ਇਹ ਇਹ ਵਿਭਿੰਨਤਾ ਦੇ ਵਿੱਚ ਇਕਤਾ ਕਹਿਣ ਵਾਲੇ ਹੁਣ ਸਡਨਲੀ ਮੈਜੋਰਿਟੇਰੀਅਨ ਥਿਊਜ਼ ਲਾਗੂ ਕਰਨ ਲੱਗ ਗਏ ਨੇ ਜੇ ਕਿਤੇ ਉਹਨਾਂ ਨੇ ਕਰਤਾ ਤਾਂ ਫਿਰ ਮੇਰੇ ਖਿਆਲ ਸਾਲਾਂਡ ਜੋਗੀ ਵੀ ਜਗ੍ਹਾ ਨਹੀਂ ਬਚੇਗੀ ਸੋ ਇਹਦੇ ਤੇ ਉੱਤੇ ਆਈ ਵਿਲ ਡਿਫੀਨਿਟਲੀ ਟਾਕ ਟੂ ਲਾਈਕ ਮਾਈਂਡਿਡ ਪੀਪਲ ਲਾਈਕ ਮਾਈਂਡਿਡ ਪਾਰਟੀਆਂ ਫਿਰ ਉਹਨਾਂ ਇਕੱਠੇ ਕਰਦੇ ਤੁਸੀਂ ਵੀ ਕਹਿੰਦੇ ਹੋ ਕਿ ਕੈਪਟਨ ਸਰਕਾਰ ਜਾਂ ਬਾਦਲ ਹੋਵੇ ਬਾਦਲ ਬੀਜੇਪੀ ਦੇ ਹੱਥ ਦੇ ਵਿੱਚ ਹੈ ਔਰ ਕੈਪਟਨ ਸਰਕਾਰ ਵੀ ਹਾਈ ਕਮਾਂਡ ਦੇ ਹੱਥ ਦੇ ਵਿੱਚ ਹੈ ਪੰਜਾਬ ਲਈ ਫਿਰ ਕੌਣ ਖੜੂਗਾ ਨਹੀਂ ਕੈਪਟਨ ਸਾਹਿਬ ਤਾਂ ਬੀਜੇਪੀ ਦੇ ਨਾਲ ਬਹੁਤ ਸਹਿਮਤ ਹੈ ਮੈਨੂੰ ਤਾਂ ਹੁਣ ਹੋਰ ਖਦਸ਼ਾ ਕਿਤੇ ਕੋਰਿਡੋਰ ਦੇ ਉੱਤੇ ਗਰਤਾਰਪੁਰ ਸਾਹਿਬ ਕੋਰੀਡੋਰ ਬੜੀ ਮੁਸ਼ਕਿਲ ਨਾਲ ਪ੍ਰਾਪਤ ਹੋਈਆ ਪਾਕਿਸਤਾਨ ਨੇ 90% ਤੋਂ ਵੀ ਜ਼ਿਆਦਾ ਕੰਮ ਕੰਪਲੀਟ ਕਰਤਾ ਹੁਣ ਸਾਡੇ ਬੰਦੇ ਰੋਜ਼ ਬਿਆਨ ਦਿੰਦੇ ਕੋਈ ਨਾ ਕੋਈ ਕੈਪਟਨ ਸਾਹਿਬ ਕਿ ਪਾਕਿਸਤਾਨ ਬਹੁਤ ਸ਼ਰਾਰਤ ਕਰ ਰਿਹਾ ਉਹਨਾਂ ਨੇ ਕੋਈ ਨਾ ਜੀ 20 ਡਾਲਰ ਫੀਸ ਰੱਖੀਆ ਦੇਖੋ ਇੱਕ ਦੇਸ਼ ਨੇ ਇੱਕ ਇਨਫਰਾਸਟ੍ਰਕਚਰ ਪੈਦਾ ਕੀਤਾ 6 ਕਿਲੋਮੀਟਰ ਉਹ ਉਹ 20 ਡਾਲਰ ਵੀ ਨਹੀਂ ਲੈ ਸਕਦੇ ਤੇ ਸਿੱਖ ਤਾਂ 20 ਡਾਲਰ ਦੇਣ ਨੂੰ ਤਿਆਰ ਹੈ ਬਿਲਕੁਲ 1400 ਰੁਪਇਆ ਫੀਸ ਕੌਣ ਮਨਾ ਕਰਦਾ ਐਵਰੀ ਕੰਟਰੀ ਲੈਵੀਜ਼ ਅ ਫੀਸ ਚਾਹੇ ਹੋ ਹੁਣ ਆ ਇੰਗਲੈਂਡ ਵਰਗੇ ਦੂਜੀ ਜਿਹੜੀ ਕੰਟਰੀਸ 25 25 50 50000 ਰੁਪਏ ਵੀਜ਼ਾ ਫੀਸ ਲੈਂਦੇ ਨੇ ਤੇ 1400 ਤੇ ਕੈਪਟਨ ਸਾਹਿਬ ਦਾ ਬਿਆਨ ਆਇਆ ਪਹਿਲੇ ਦਿਨ ਕਿ ਬਹੁਤ ਮਾੜਾ ਕੰਮ ਕੀਤਾ ਵਾ ਪਾਕਿਸਤਾਨ ਨੇ ਤੇ ਅਗਲੇ ਦਿਨ ਹੀ ਅੱਜ ਅੱਜ ਦੀਆਂ ਅਖਬਾਰਾਂ 'ਚ ਵੱਡੇ ਬਾਦਲ ਸਾਹਿਬ ਦਾ ਇਹਦਾ ਬਹੁਤ ਵੱਡਾ ਧੁੱਖਾ ਹੋ ਗਿਆ ਸਾਡੇ ਨਾਲ ਵੀ ਜੇ ਤੁਹਾਨੂੰ ਇੰਨਾ ਦੁੱਖ ਲੱਗਦਾ ਵਾ ਅ ਅੱਧੀ ਫੀਸ ਪੰਜਾਬ ਸਰਕਾਰ ਚੱਲ ਲਵੇ ਅੱਧੀ ਫੀਸ ਬਾਦਲ ਸਾਹਿਬ ਦੀ ਐਸਜੀਪੀਸੀ ਚੱਲ ਲਵੇ ਸਬਸਿਡੀ ਦੇ ਦੇਣ ਜੇ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਬਟ ਹਾਊ ਕੈਨ ਯੂ ਕੰਟਰੋਲ ਅਦਰ ਕੰਟਰੀਜ਼ ਕਿ ਤੁਸੀਂ ਫੀਸ ਨਹੀਂ ਲਾ ਸਕਦਾ ਔਰ ਬਹੁਤ ਮਾਮੂਲੀ ਜੀ ਫੀਸ ਆ 1400 ਫੀਸ ਤਾਂ ਸਾਡੇ ਆਰਮਜ਼ ਲਾਇਸੈਂਸ ਰੀਨਿਊ ਕਰਨਾ ਇਹ ਤੋਂ ਜ਼ਿਆਦਾ ਫੀਸ ਹੈ ਇੱਥੇ ਜਿਹੜੀਆਂ ਛੋਟੀਆਂ-ਛੋਟੀਆਂ ਸੇਵਾਵਾਂ ਕੀਤੀਆਂ ਨਾ ਸੁਵਿਧਾ ਕੇਂਦਰ ਜਿਹੜੇ ਬਣਾਏ ਨੇ ਇਹਨਾਂ 3-3 4-4 2-2000 1-1000 ਆਮ ਫੀਸ ਹੈ ਅਸੀਂ ਲੈ ਲਈ ਫੀਸ ਆਪਣੇ ਲੋਕਾਂ ਤੋਂ ਤਾਂ ਕੋਈ ਮਨਾਈ ਨਹੀਂ ਪਾਕਿਸਤਾਨ ਐਡਾ ਵੱਡਾ ਇਨਫਰਾਸਟ੍ਰਕਚਰ ਬਿਲਡ ਕਰਕੇ ਜੇ 1400 ਰੁਪਇਆ ਜਾਂ 20 ਡਾਲਰ ਫੀਸ ਮੰਗਦਾ ਉਹਦੇ ਤੇ ਬੜੀ ਦੁੱਖ ਹੁੰਦੇ ਯਾਨੀ ਕਿ ਇਹ ਪੂਰਾ ਐਡਿਕਾ ਡਾਉਣ ਦੀ ਕੋਸ਼ਿਸ਼ ਹੈ ਦੋਵਾਂ ਵੱਲ ਜਿਹੜੀ ਅਸਲ ਮੈਨ ਕੀ ਕੋਰੀਡੋਰ ਜਿਹੜੀ ਆ ਉਹ ਇੰਡੋਪਾਕ ਹਾਲਾਤ ਠੀਕ ਨਹੀਂ ਹੈਗੇ ਕੋਰੀਡੋਰ ਬੰਦ ਕੀਤੀ ਜਾਣੀ ਚਾਹੀਦੀ ਸੀ ਡੀਪਰ ਇੰਟੂ ਦ ਥਿੰਗਸ ਮੈਨੂੰ ਐ ਲੱਗਦਾ ਕਿ ਗਵਰਨਮੈਂਟ ਆਫ ਇੰਡੀਆ ਵਿੱਚ ਹੀ ਕੈਪਟਨ ਸਾਹਿਬ ਤੇ ਵਿੱਚ ਹੀ ਬਾਦਲ ਸਾਹਿਬ ਅੰਦਰੋਂ ਟਿੱਡੋਂ ਜੋ ਉਹ ਯਾਨੀ ਕਿ ਇਹ ਨਹੀਂ ਚਾਹੁੰਦੇ ਇਹ ਚਾਹੁੰਦੇ ਹੋਣਗੇ ਪਰ ਜੋ ਉੱਥੋਂ ਨਿਰਦੇਸ਼ ਆਉਣਗੇ ਦਿੱਲੀ ਤੋਂ ਇਹ ਕਿਸੇ ਵੇਲੇ ਲਾਗੂ ਕਰ ਸਕਦੇ ਇਟਸ ਅ ਵੈਰੀ ਯੂ نو ਸੈਂਸਿਟਿਵ ਮੈਟਰ ਆਈ ਹੋਪ ਕਿਉਂਕਿ 70 ਸਾਲ ਦੀ ਅਰਦਾਸ ਤੋਂ ਬਾਅਦ ਇਹ ਮਸਹੀ ਜਾ ਕੇ ਮੌਕਾ ਹੋਣਾ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਲੋਕ ਖੁੱਲੇ ਦਰਸ਼ਨ ਦੀਦਾਰ ਕਰ ਸਕਦੇ ਆਈ ਹੋਪ ਕਿ ਇਹ ਡਿੱਕਾ ਨਾ ਪਉਣ ਇਸ ਨੂੰ ਬਣ ਲੈਣ ਦੇਣ ਔਰ ਇਸ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਚੱਲਦੇ ਨੇ ਨਾ ਸਾਡੇ ਆਗੂ ਉਦੋਂ ਦੁੱਖ ਵੀ ਹੁੰਦਾ ਐ ਐਂਡ ਉਦੋਂ ਇਹ ਲੱਗਦਾ ਵਾ ਕਿ ਇਹ ਸਾਰੇ ਕਿਸਮ ਦੇ ਹੱਥ ਟੋਕੇ ਵੱਜੋਂ ਕੰਮ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਖੈਰਾ ਸਾਹਿਬ ਸਨ ਨਾਲ ਗੱਲਬਾਤ ਕਰਨ ਦੇ ਲਈ ਸੋ ਕਾਲੀ ਸੂਚੀ ਦਾ ਮਸਲਾ ਜਿਹੜਾ ਉੱਠਿਆ ਹੈ ਪਰ ਨਾਮ ਨਹੀਂ ਜਨਤਕ ਕੀਤੇ ਜਾ ਰਹੇ ਲਿਸਟ ਨਹੀਂ ਜਨਤਕ ਕੀਤੀ ਜਾ ਰਹੀ ਇਹ ਬਹੁਤ ਹੀ ਵੱਡਾ ਸਵਾਲ ਹੈ ਸਰਕਾਰ ਤੇ ਇੱਕ ਦਬਾਅ ਹੈ ਜਿਹੜਾ ਉਹ ਸਿਆਸਤਦਾਨ ਹੀ ਬਣਾ ਸਕਦੇ ਨੇ ਉਸ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਸੋ ਖੈਰਾ ਸਾਹਿਬ ਨੇ ਕਿਹਾ ਕਿ ਉਹ ਵਿੱਚ ਚਿੱਠੀ ਲਿਖਣਗੇ ਪ੍ਰਾਈਮ ਮਿਨਿਸਟਰ ਨੂੰ ਵੀਡੀਓ ਜਰਨਲਿਸਟ ਦਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਚੰਡੀਗੜ੍ਹ ਤੋਂ ਖਾਸ ਰਿਪੋਰਟ